ਹੈਲੋ ਜੀ, ਵੈਲਕਮ ਬੈਕ ਟੂ ਦ ਚੈਨਲ ਰਮਨ ਵਲੋਗਸ। ਅਤੇ ਅੱਜ ਆਪਣਾ ਹੈਗਾ ਇੰਡੀਆ ਦੇ ਵਿੱਚ ਡੇ 2, ਅਤੇ ਅੱਜ ਸਵੇਰੇ ਟਾਈਮ ਹੋ ਗਿਆ ਆ 6 ਵਜੇ ਆ ਸਵੇਰ ਦੇ, ਅਤੇ ਆਪਣੀ ਹਜੇ ਨੀਂਦ ਨਹੀਂ ਸੈੱਟ ਆਈ ਹੈਗੀ ਇੱਥੇ ਇੰਡੀਆ ਆ ਕੇ, ਕਿਉਂਕਿ ਅਸੀਂ ਰਾਤ ਨੂੰ ਸਾਨੂੰ ਜਾਗ ਖੁੱਲ ਜਾਂਦੀ ਹੈ, ਅਤੇ ਸਵੇਰੇ 6 ਵਜੇ ਆ, ਅਸੀਂ 5 ਵਜੇ ਉੱਠ ਗਏ ਸੀਗੇ ਸਵੇਰੇ ਹੀ, ਅਤੇ ਭੁੱਖ ਵੀ ਲੱਗ ਗਈ ਸੀਗੀ ਕਿਉਂਕਿ 3 ਵਜੇ ਮੈਂ ਤਾਂ 5 ਵਜੇ ਉੱਠਿਆ ਸੀਗਾ। ਅਤੇ ਹੁਣ ਆਹ ਦੇਖੋ ਟਾਈਮ ਹੈਗਾ 6 ਵਜੇ ਹੋਏ ਇੱਥੇ ਇੰਡੀਆ ਦੇ ਵਿੱਚ, ਅਤੇ ਆਪਾਂ ਸਾਨੂੰ ਭੁੱਖ ਲੱਗੀ ਸੀਗੀ, ਅਸੀਂ ਸੋਚਿਆ ਵੀ ਚਲੋ ਇੱਦਾਂ ਕਰਦੇ ਹਾਂ ਵੀ ਆਪਾਂ ਜਾ ਕੇ ਨਾ ਇੱਥੇ ਇੱਕ ਪਰੌਂਠਿਆਂ ਵਾਲੀ ਦੁਕਾਨ ਹੈਗੀ ਆ, ਸਵੇਰੇ ਖੁੱਲ੍ਹ ਜਾਂਦੀ ਆ ਉਹ, ਅਤੇ ਬਹੁਤ ਜ਼ਿਆਦਾ ਪਾਪੂਲਰ ਹੈਗਾ ਲੁਧਿਆਣੇ ਦੇ ਵਿੱਚ। ਜੇ ਤੁਸੀਂ ਵਿਜ਼ਿਟ ਕਰਦੇ ਹੋ ਤਾਂ ਤੁਸੀਂ ਇਹ ਵਾਲੀ ਜਗ੍ਹਾ 'ਤੇ ਪਰੌਂਠੇ ਜ਼ਰੂਰ ਟਰਾਈ ਕਰੋ, ਬਹੁਤ ਜ਼ਿਆਦਾ ਸਵਾਦ ਹੁੰਦੇ ਨੇ। ਅਤੇ ਆਪਾਂ ਹੁਣ ਚੱਲਦੇ ਹਾਂ, ਅਤੇ ਸਵੇਰੇ ਮਤਲਬ ਕਿ ਅੱਜ ਗਰਮੀ ਵੀ ਹੈਗੀ ਹੈ, ਬਹੁਤ ਗਰਮੀ ਹੈ, ਅਤੇ ਤਾਂ ਹੀ ਅੱਧੀਆਂ ਬਾਹਾਂ ਜੀ ਤਾਂ ਚਿੱਟੀ ਟੀ ਸ਼ਰਟ ਪਾਈ ਆ ਮੈਂ। ਅਤੇ ਚਲੋ ਫਿਰ ਆਪਾਂ ਚੱਲਦੇ ਹਾਂ, ਪਰੌਂਠੇ ਖਾ ਕੇ ਨਾ ਤੁਹਾਨੂੰ ਦਿਖਾਉਂਦੇ ਹਾਂ, ਤੁਸੀਂ ਜ਼ਰੂਰ ਟਰਾਈ ਕਰਿਓ ਇਹ ਲੋਕੇਸ਼ਨ ਦੇ। ਚਲੋ ਚੱਲੀਏ ਫਿਰ, ਚਲੋ ਆ ਜਾਓ ਫਿਰ। ਅਤੇ ਅਸੀਂ ਆਹ ਵਾਲੀ ਐਕਟੀਵਾ 'ਤੇ ਜਾਵਾਂਗੇ ਅੱਜ, ਅਤੇ ਪਹਿਲੀ ਵਾਰੀ ਚਲਾਉਣਾ ਵਾ। ਮੈਂ ਚਲਾਵਾਂ, ਕਿੰਨੀ ਚਲਾਉਣੀ ਹੈ? ਮੈਂ ਚਲਾਵਾਂ, ਮੈਂ ਚਲਾ ਕੇ ਦੇਖਦਾ ਫਿਰ। ਚਲੋ ਜੀ ਬਾਹਰ ਕੱਢਦੇ ਹਾਂ, ਚਲਾ ਲੂੰਗਾ ਮੈਨੂੰ ਲੱਗਦਾ, ਮੈਂ ਚਲਾ ਲੂੰਗਾ ਮੈਨੂੰ ਲੱਗਦਾ। ਅਤੇ ਮੈਂ ਐਕਟੀਵਾ ਤਾਂ ਬਾਹਰ ਕੱਢ ਲਈ ਹੈ, ਅਤੇ ਕਿਹੜੇ ਜਾਣਾ ਆਪਾਂ? ਆਹ ਵਾਲੇ ਜਾਣਾ ਆਪਾਂ, ਤੁਸੀਂ ਆਹ ਵਾਲਾ ਸਰਚ ਕਰ ਲਿਓ ਲੁਧਿਆਣੇ ਦੇ ਵਿੱਚ ਪੰਡਿਤ ਜੀ ਦੇ ਪਰੌਂਠੇ। ਉਹ ਓਪਨ 7 ਵਜੇ ਇਹ? ਚੱਲ ਕੋਈ ਨਹੀਂ, ਉੱਥੇ ਵੇਟ ਕਰ ਲਾਂਗੇ ਆਪਾਂ। ਕਿੰਨਾ ਟਾਈਮ ਹੋ ਗਿਆ ਵੈਸੇ? 6 ਵਜੇ ਕੋਈ ਗੱਲ ਨਹੀਂ, ਬਾਹਰ ਘੁੰਮਦੇ ਆਪਾਂ, ਗੇੜੀ ਗੁੜੀ ਮਾਰਦੇ ਹਾਂ ਕਦੇ ਇੱਧਰ ਉੱਧਰ ਦੇਖਦੇ। ਅੱਜ ਕੀ ਹੈ? ਸੰਡੇ ਹੋਏਗਾ, ਵੈਨਸਡੇ। ਸਕੂਲ ਤਾਂ ਬੰਦ ਹੈ। ਆਹ ਦੇਖੋ, ਆਹ ਮੇਰਾ ਸਕੂਲ ਸੀਗਾ, ਇੱਥੇ ਪੜ੍ਹਦਾ ਹੁੰਦਾ ਸੀ ਮੈਂ, BCA ਮਾਰਿਆ ਮਾਡਲ ਸਕੂਲ। ਸੋ ਇੰਡੀਆ ਦੇ ਵਿੱਚ ਜਿਹੜਾ ਆਪਾਂ ਐਡਮਿੰਟਨ ਜਿਹੜਾ ਬਾਬਾ ਜਗਨ ਨਵਾਂ ਖੁੱਲ੍ਹਿਆ ਆ, ਸੋ ਆਹ ਦੇਖੋ ਆਹ ਬ੍ਰਾਂਚ ਹੈ ਇੱਥੇ ਲੁਧਿਆਣੇ ਦੇ ਵਿੱਚ ਇਹਦੀ। ਆਹ ਦੇਖੋ, ਸੋ ਆਹ ਵਾਲੀ ਹੈਗੀ ਆ, ਹਾਂ ਆਹ ਵਾਲਾ ਇਹਨਾਂ ਦਾ, ਆਹ ਲਿਖਿਆ ਬਾਬਾਜ਼ ਵੈੱਜ ਐਂਡ ਨੋਨ ਵੈੱਜ। ਸੋ ਇਹ ਆਈ ਡੀ ਐਡਮਿੰਟਨ ਦੇ ਵਿੱਚ ਜਿਹੜੀ ਆਪਣੀ ਬ੍ਰਾਂਚ ਖੁੱਲ੍ਹੀ ਆ, ਸੋ ਇਹ ਮੇਨ ਬ੍ਰਾਂਚ ਆ ਲੁਧਿਆਣੇ ਦੀ, ਰਾਈਟ। ਸੋ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਬਹੁਤ ਜ਼ਿਆਦਾ ਗ੍ਰੀਨਰੀ ਹੈਗੀ ਆ ਇੱਥੇ। ਆਪਾਂ ਹੁਣ ਹੈਗੇ ਹਾਂ ਹੀਰੋ ਬੇਕਰੀ ਵਾਲੀ ਰੋਡ 'ਤੇ ਐਡਮਿੰਟਨ ਦੇ ਵਿੱਚ। ਓ ਐਡਮਿੰਟਨ ਗਈ ਇੰਨਾ ਪਿਆ, ਲੁਧਿਆਣੇ ਦੇ ਵਿੱਚ, ਲੁਧਿਆਣਾ ਸਿਟੀ ਦੇ ਜਿਹੜੀ ਹੈਗੀ ਹੀਰੋ ਬੇਕਰੀ ਵਾਲੀ ਰੋਡ ਆ, ਸੋ ਉੱਥੋਂ ਜਾ ਰਹੇ ਹਾਂ ਆਪਾਂ, ਅਤੇ ਪੰਡਿਤ ਜੀ ਦਾ ਪਰਾਂਠਾ ਆਉਣ ਜਾ ਰਹੇ ਹਾਂ ਇੱਥੋਂ ਦੀ। ਮੈਨੂੰ ਲੱਗਦਾ 10 ਮਿੰਟ ਕਿੱਥੇ, 2 ਮਿੰਟ ਦੀ ਡਰਾਈਵ ਰਹਿ ਗਈ, 5 ਮਿੰਟ ਦੀ ਡਰਾਈਵ ਕਰੋ ਦੀ। ਹਾਂ, ਕਿਉਂਕਿ ਆਪਾਂ ਰਹਿੰਦੇ ਹਾਂ ਮਾਡਲ ਟਾਊਨ, ਉੱਥੋਂ ਦੀ ਬਹੁਤ ਜ਼ਿਆਦਾ ਨੇੜੇ ਆ, ਸਾਰਾ ਕੁਛ ਹੀ ਨੇੜੇ ਆ, ਅਤੇ ਬਹੁਤ ਮਜ਼ਾ ਆ ਰਿਹਾ। ਮੈਨੂੰ ਡਰ ਲੱਗ ਰਿਹਾ ਫੋਨ ਪਕੜਨ ਦੇ, ਕਿਉਂਕਿ ਇੱਥੇ ਚੋਰੀਆਂ ਬਹੁਤ ਹੁੰਦੀਆਂ। ਸਵੇਰ ਦਾ ਟਾਈਮ ਹੈ, ਰਸ਼ ਵੀ ਹੈ ਨੀਗਾ। ਹਜੇ ਬੰਦ ਹੈ, ਇੱਥੇ ਜਾਣਾ ਸੀ ਆਪਾਂ। ਤਾਂ ਜਿਹੜੀ ਇਹ ਦੁਕਾਨ ਸੀਗੀ 7 ਵਜੇ ਖੁੱਲ੍ਹਣੀ ਹੈ, ਮੈਨੂੰ ਲੱਗਿਆ ਸੀ ਚੱਲ ਖੁੱਲ੍ਹ ਜੂਗੀ ਕਿਉਂਕਿ ਇੰਡੀਆ ਵਾ ਵੀ, ਚਲੋ ਟਾਈਮ ਤੋਂ ਪਹਿਲਾਂ ਖੋਲ੍ਹ ਲੈਣਗੇ, ਪਰ ਨਹੀਂ ਬੰਦ ਹੈਗੀ। ਚਲੋ ਆਪਾਂ ਕਿਤੇ ਹੋਰ ਚੱਲਦੇ ਹਾਂ, ਕੋਈ ਹੋਰ ਕੁਛ ਕੁਛ ਹੈਗਾ ਇੱਥੇ ਨੇੜੇ ਤੇੜੇ? ਗੇੜੀ ਮਾਰ ਕੇ ਆਉਂਦੇ ਹਾਂ ਮਾਡਲ, ਚੱਲ ਆਪਾਂ ਮਾਡਲ ਟਾਊਨ ਦੀ ਗੇੜੀ ਮਾਰਦੇ ਹਾਂ ਸਵੇਰੇ ਸਵੇਰੇ, ਅਤੇ ਇੱਧਰ ਉੱਧਰ ਘੁੰਮਦੇ ਹਾਂ, ਆਸਾ ਪਾਸਾ ਦੇਖ ਕੇ ਆਉਂਦੇ ਹਾਂ ਕੀ ਹੈਗਾ ਇੱਥੇ ਹੋਰ, ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ ਕਿੱਦਾਂ ਦੀ ਸਿਟੀ ਹੈਗੀ ਹੈ ਲੁਧਿਆਣਾ ਸਿਟੀ। ਜੇ ਤੁਸੀਂ ਵਿਜ਼ਿਟ ਕਰਨਾ ਵਾ ਤੁਹਾਨੂੰ ਦਿਖਾ ਕੇ ਲੈਂਦੇ ਹਾਂ ਆਸੇ ਪਾਸੇ ਦਾ ਏਰੀਆ ਮਾਡਲ ਟਾਊਨ ਦੇ ਕਿੱਦਾਂ ਕਿੱਦਾਂ ਦਾ ਹੈਗਾ, ਚਲੋ ਆ ਜਾਓ। ਅਤੇ ਹੁਣ ਆਪਾਂ ਜਾ ਰਹੇ ਹਾਂ ਕ੍ਰਿਸ਼ਨਾ ਮੰਦਿਰ ਮਾਰਕੀਟ, ਮਾਡਲ ਟਾਊਨ ਮਾਰਕੀਟ ਦੇ ਵਿੱਚ ਜਾਵਾਂਗੇ, ਅਤੇ ਆਪਾਂ ਉਹ ਦੇਖ ਕੇ ਆਉਂਦੇ ਹਾਂ ਵੀ ਉੱਥੇ ਕਿੱਦਾਂ ਦਾ ਹੈਗਾ। ਉੱਥੇ ਵੈਸੇ ਖੁੱਲ੍ਹਾ ਨਹੀਂ ਹੋਣਾ ਹਾਲੇ ਕੁਛ, ਆਪਾਂ ਜ਼ਿਆਦਾ ਅਰਲੀ ਉੱਠ ਖੜੇ ਸਵੇਰੇ ਅੱਜ ਕਿਉਂਕਿ ਨੀਂਦ ਨਹੀਂ ਸੀ ਆ ਰਹੀ,
ਆਪਣਾ ਜੈਟ ਲੈਗ ਜਿਹੜਾ ਹੈਗਾ ਹਜੇ ਉਹ ਠੀਕ ਨਹੀਂ ਹੋਇਆ ਹੈਗਾ ਤੇ ਆਪਾਂ ਕਿਹਾ ਚਲੋ ਫਿਰ ਬਾਹਰ ਹੀ ਘੁੰਮਦੇ ਆ, ਘਰੇ ਵੀ ਕੋਈ ਨਹੀਂ ਉੱਠਿਆ ਹੈਗਾ, ਸਾਰੇ ਸੁੱਤੇ ਪਏ ਆ, ਸਿਰਫ ਦਾਦੀ ਨੂੰ ਛੱਡ ਕੇ ਅਸੀਂ ਦਾਦੀ ਨੂੰ ਦੱਸਿਆ ਸੀਗੇ ਵੀ ਅਸੀਂ ਆ ਗਏ ਹਾਂ ਅਤੇ ਇੱਧਰ ਸਾਈਡ ਤੋਂ ਫੜਨਾ ਸੀ ਕਿ ਨਾ ਇੱਥੇ ਥੋੜ੍ਹਾ ਜਿਹਾ ਕੈਮਰੇ ਦਾ ਵੀ ਡਰ ਹੈ ਵੀ ਮਤਲਬ ਕਿ ਚੋਰੀ ਦਾ ਵੀ ਹੱਥ ਤੋਂ ਫੋਨ ਖਿੱਚ ਕੇ ਲੈ ਜਾਂਦੇ ਆ ਤੇ ਮਾਡਲ ਟਾਊਨ ਚ ਤਾਂ ਸਪੈਸ਼ਲੀ ਹਾਂ ਕਿਉਂਕਿ ਇਹ ਜਗ੍ਹਾ ਜਿਹੜੀ ਹੈ ਨਾ ਇੰਨੀ ਜ਼ਿਆਦਾ ਸੇਫ ਨਹੀਂ ਹੈਗੀ, ਤੁਸੀਂ ਆਪਣਾ ਫੋਨ ਜੇ ਇੱਥੇ ਆਉਣਾ ਵਾ ਤਾਂ ਧਿਆਨ ਨਾਲ ਆਪਣਾ ਰਿਕਾਰਡਿੰਗ ਵਗੈਰਾ ਧਿਆਨ ਨਾਲ ਕਰਨੀ ਆ, ਬਾਹਰ ਨਹੀਂ ਵਾਲਾ ਕੱਢਣਾ, ਇਹ ਤਾਂ ਖੋ ਕੇ ਲੈ ਜਾਂਦੇ ਆ ਫੋਨ। ਸੋ ਦਿਸ ਇਜ਼ ਦਾ ਟਿਮ ਹੋਰਟਨਸ, ਪਰ ਇਹ ਵੀ ਬੰਦ ਪਿਆ, ਆਪਾਂ ਇਹ ਚਾਹ ਹੀ ਪੀ ਲੈਂਦੇ ਇੱਥੋਂ ਦੀ, ਨਹੀਂ ਪੀਣੀ। ਅਤੇ ਆਹ ਦੇਖ ਲਓ ਇਹ ਆਪਾਂ ਹੈਗੇ ਹਾਂ ਕਿਹੜੀ ਜਗ੍ਹਾ ਵਾ, ਇਹ ਆਹ ਸਾਹਮਣੇ ਜਿਹੜੀ ਹੈਗੀ ਆ ਰੋਡ, ਸਾਹਮਣੇ ਤੁਸੀਂ ਦੇਖਦੇ ਪਏ ਹੋ ਇਹ ਮਲਹਾਰ ਰੋਡ ਆ ਨਾ, ਮਲਹਾਰ ਰੋਡ ਆ ਨਾ, ਇਹ ਮਲਹਾਰ ਰੋਡ ਤੋਂ ਨਾਲ ਹੀ ਆ, ਇਹ ਤਾਂ ਗੂਗਲ 'ਤੇ ਵੀ ਆ ਜਾਣਾ। ਆਹ ਦੇਖ ਲਓ ਇਹਦੇ ਨਾਲ ਹੈਗਾ ਮਾਨਸਾ ਬਿਊਟੀ ਕੁਛ ਹੈਗਾ। ਚਲੋ ਫਿਰ ਹੁਣ ਆਪਾਂ ਚੱਲੀਏ ਮਾਡਲ ਟਾਊਨ, ਲੈ ਆਹ ਐਕਟਿਵਾ ਪਤਾ ਨਹੀਂ ਕਹਿੰਦੇ ਬੰਦ ਹੋ ਜਾਂਦੀ ਹੈ। ਹੋਰ ਫਿਰ ਕਿੱਦਾਂ ਲੱਗ ਰਿਹਾ? ਬਹੁਤ ਵਧੀਆ। ਇਹ ਸਾਡਾ ਹੈਗਾ ਸੈਕਿੰਡ ਡੇ ਹੈ, ਕੱਲ੍ਹ ਅਸੀਂ ਆਏ ਸੀਗੇ, ਅੱਜ ਤਰੀਕ ਹੈਗੀ ਹੈ 16 ਤਰੀਕ ਹੈ ਨਾ, ਨਹੀਂ ਅੱਜ 17 ਹੋ ਗਈ, 17 ਜੁਲਾਈ ਹੋ ਗਈ। ਅਤੇ ਆਪਾਂ ਇੱਥੇ ਹੈਗੇ ਹਾਂ ਅਜੇ ਕਾਫੀ ਦੇਰ ਤੱਕ, ਪਰ ਮੈਂ ਦੱਸਣਾ ਕਦੋਂ ਤੱਕ ਹੈਗਾ ਕਿਉਂਕਿ ਅਸੀਂ ਘਰਦਿਆਂ ਨੂੰ ਦੱਸਿਆ ਨਹੀਂ ਗਾ ਅਸੀਂ ਸਾਡੀ ਵਾਪਸੀ ਕਦੋਂ ਹੁੰਦੀ ਹੈ, ਤਾਂ ਮੈਂ ਡਿਸਕਲੋਜ਼ ਨਹੀਂ ਕਰ ਰਿਹਾ, ਹਜੇ ਤੁਹਾਨੂੰ ਦੱਸੂਗਾ ਥੋੜ੍ਹੀ ਦੇਰ ਬਾਅਦ ਦੱਸੂਗਾ। ਸੋ ਆਪਾਂ ਜਾਣਾ ਸੀਗਾ ਪਰੌਂਠੇ ਖਾਣ ਵਾਸਤੇ, ਹਜੇ 6:30 ਹੋਏ ਆ, ਅੱਧੇ ਘੰਟੇ ਤੁਹਾਨੂੰ ਮੈਂ ਸਾਰਾ ਦਿਖਾਤਾ ਵੀ ਕਿੱਥੇ ਕਿੱਥੇ ਕੀ ਹੈਗਾ। ਅਤੇ ਪਹਿਲਾਂ ਆਪਾਂ ਹੁਣ ਘਰੇ ਚੱਲਦੇ ਹਾਂ, ਘਰੇ ਜਾ ਕੇ ਥੋੜ੍ਹੀ ਦੇਰ ਬੈਠਦੇ ਹਾਂ ਕਿਉਂਕਿ ਗਰਮੀ ਹੈ, ਏ ਸੀ 'ਚ ਬੈਠਦੇ ਹਾਂ, ਪਾਣੀ ਪੂਣੀ ਪੀਂਦੇ ਹਾਂ, ਅਤੇ ਫਿਰ ਆਪਾਂ ਚੱਲਦੇ ਹਾਂ ਪਰੌਂਠੇ ਖਾਣ ਵਾਸਤੇ। ਹੁਣ ਆਪਾਂ ਮੁੜਨਾ ਹੈ ਇੱਥੋਂ ਜੀ, ਮੈਂ ਹੁਣ ਇੰਡੀਕੇਟਰ ਦੇ ਤਾ, ਮੈਨੂੰ ਪਿੱਛੇ ਕਿਵੇਂ ਦਿਖੂਗਾ, ਕੋਈ ਹੈ ਤਾਂ ਹੈ ਨਹੀਂ ਵੈਸੇ। ਆਹ ਦੇਖੋ ਆਹ ਮਾਰ ਕੇ ਬੜਾ ਮਜ਼ਾ ਆਉਂਦਾ ਇੱਦਾਂ। ਚਲੋ ਜੀ ਆਪਣਾ ਘਰ ਆ ਗਿਆ, ਉਹ ਸਾਹਮਣੇ ਆਪਣਾ ਘਰ ਆ, ਉਹ ਉੱਥੇ ਆਪਾਂ ਚੱਲੇ ਸੀਗੇ ਪਰੌਂਠੇ ਖਾਣ, ਪਰੌਂਠੇ ਖਾਣ ਤੋਂ ਪਹਿਲਾਂ ਹੀ ਘਰੇ ਆ ਗਏ ਘੁੰਮ ਫਿਰ। ਹੁਣ ਦੇਖ ਕੇ ਘਰੇ ਜਾ ਕੇ ਖਾਣਾ ਪੈਣਾ, ਮੰਮੀ ਨੇ ਕਹਿਣਾ ਘਰੇ ਹੀ ਖਾਓ, ਕਹਿਣਾ ਇੱਥੇ ਘਰੇ ਹੀ ਠੁੱਸੋ, ਕਿਤੇ ਨਹੀਂ ਜਾਣਾ ਹੈਗਾ ਬਾਹਰ ਤੁਸੀਂ ਖਾਣ ਚੱਲੇ ਸੀ ਸਵੇਰੇ। ਚਲੋ ਜੀ ਹੁਣ ਆਪਾਂ ਜਾਵਾਂਗੇ ਅੰਦਰ, ਖਾਂਦੇ ਹਾਂ ਜਾ ਕੇ ਪਰੌਂਠੇ, ਆਹ ਵਾਲੀ ਦੁਕਾਨ 'ਤੇ ਆ ਜਾਓ। ਸੋ ਹਾਂਜੀ ਹੁਣ ਆਪਾਂ ਆ ਗਏ ਹਾਂ ਅੰਦਰ ਰੈਸਟੋਰੈਂਟ ਦੇ, ਅਤੇ ਆਪਾਂ ਨੂੰ ਮੈਨਿਊ ਦੇਤਾ ਉਹਨਾਂ ਨੇ। ਸੋ ਆਹ ਪਰਾਂਠੇ ਹੈਗੇ ਨੇ, ਤੁਹਾਨੂੰ ਦਿਖਾ ਦਿੰਦਾ ਇੱਥੇ, ਆਹ ਦੇਖੋ ਆਹ ਮੈਨਿਊ ਹੈਗਾ ਇਹਦਾ ਪੰਡਿਤ ਜੀ ਦੀ ਹੱਟੀ, ਅਤੇ ਆਪਾਂ ਇੱਥੋਂ ਦੀ ਔਡਰ ਕਰਨ ਲੱਗੇ ਹਾਂ। ਕਿਹੜਾ ਕਰਨਾ ਆਪਾਂ? ਆਪਾਂ ਖਸਤਾ ਪਰੌਂਠਾ ਔਡਰ ਕਰਾਂਗੇ, 70 ਰੁਪਏ ਦਾ ਇੱਕ ਪਰੌਂਠਾ ਵਾ, ਅਤੇ ਇਹ ਖਾਵਾਂਗੇ ਆਪਾਂ, ਅਤੇ ਚਾਹ ਪੀਵਾਂਗੇ ਨਾਲ। ਚਾਹ ਹੈਗੀ ਇਹਨਾਂ ਕੋਲ? ਗੁੜ ਟੀ ਹੈਗੀ ਆ 35 ਰੁਪਏ ਦੀ, ਉੱਦਾਂ ਰੈਗੂਲਰ ਟੀ 30 ਰੁਪਏ ਦੀ ਹੈ। ਕਿਹੜੀ ਪੀਣੀ ਆ, ਗੁੜ ਵਾਲੀ ਪੀਣੀ ਆ ਕਿ ਰੈਗੂਲਰ ਟੀ ਪੀਣੀ ਆ? ਰੈਗੂਲਰ ਟੀ। ਚਲੋ ਠੀਕ ਆ, ਆਪਾਂ 2 ਫਿਰ ਚਾਹ ਲੈਂਦੇ ਹਾਂ ਅਤੇ ਇੱਕ ਪਰੌਂਠਾ ਲੈਣਾ। ਹਾਂਜੀ ਮੈਂ ਕਹਿੰਦਾ ਵੀ ਆਪਣਾ ਆਪਣਾ ਇੱਕ ਲੈ ਲੈਂਦੇ। ਨਹੀਂ ਹੈ, 2 ਲੈਣੇ, ਇੱਕ ਲੈਣਾ। ਚਲੋ ਠੀਕ ਆ, ਫਿਰ ਆਪਾਂ ਇੱਕ ਲੈਂਦੇ ਹਾਂ, ਜਦੋਂ ਆਊਗਾ ਤੁਹਾਨੂੰ ਦਿਖਾਉਂਦੇ ਹਾਂ ਫਿਰ ਕਿੱਦਾਂ ਦਾ। ਆਪਾਂ 2 ਆਰਡਰ ਕਰ ਲਏ, ਮੈਂ ਪਹਿਲਾਂ ਕਿਹਾ ਸੀ ਨਾ 2 ਹੀ ਲੈ ਲੈਂਦੇ ਹਾਂ। ਕਿਹੜਾ ਕਿਹੜਾ ਕੀਤਾ ਹੁਣ? ਇੱਕ ਮੈਂ ਖਸਤਾ ਪਰੌਂਠਾ ਕੀਤਾ, ਇੱਕ ਪਨੀਰ ਪਿਆਜ਼ ਪਰੌਂਠਾ, ਅਤੇ ਪਨੀਰ ਪਿਆਜ਼ ਦਿਖਾਓ ਇਹਨਾਂ ਨੂੰ। ਸੋ ਆਹ ਹੈਗਾ ਵਾ, ਇੱਕ ਆਪਾਂ ਕੀਤਾ ਖਸਤਾ ਪਰੌਂਠਾ, ਦੂਜਾ ਕੀਤਾ ਪਨੀਰ ਪਿਆਜ਼, ਅਤੇ ਇਹ ਹੈਗਾ 80 ਰੁਪਏ ਦਾ, ਅਤੇ 30 ਰੁਪਏ ਤੁਹਾਨੂੰ ਦਿਖਾਤੀ ਹੈ ਚਾਹ ਆ, ਜਦੋਂ ਆਊਗੀ ਦਿਖਾਉਂਦੇ ਹਾਂ ਕਿੱਦਾਂ ਦੀ ਹੈ। ਆਹ ਹੈਗਾ ਆ ਇਹਨਾਂ ਦਾ ਸੀਟਿੰਗ ਏਰੀਆ, ਦੇਖੋ ਸੋਹਣਾ ਬਣਿਆ ਹੋਇਆ, ਉੱਪਰ ਉੱਪਰ ਵੀ ਬੜਾ ਵਧੀਆ ਬਣਾਇਆ ਹੋਇਆ ਇਹਨਾਂ ਨੇ, ਅਤੇ ਬਾਕੀ ਆਹ ਪੱਖੇ ਲੱਗੇ ਹੋਏ ਨੇ ਕਿਉਂਕਿ ਗਰਮੀ ਹੈਗੀ ਆ,
ਓਬਵੀਅਸਲੀ ਏਸੀ ਵੀ ਲਾਏ ਹੋਏ ਨੇ, ਠੰਡਾ ਵਧੀਆ। ਲਓ ਜੀ, ਥੈਂਕ ਯੂ। ਇਹ ਹੈਗਾ ਆ, ਦੱਸਿਆ ਨਹੀਂ ਨੇ ਕਿਹੜਾ ਸੀਗਾ ਇਹ, ਮੈਨੂੰ ਲੱਗਦਾ ਪਨੀਰ ਵਾਲਾ ਲੱਗ ਰਿਹਾ, ਖਸਤਾ ਲੱਗ ਰਿਹਾ। ਇਹ ਪਨੀਰ ਵਾਲਾ ਯਾ, ਆਹ ਪਨੀਰ ਵਾਲਾ ਆ। ਸੋ ਆਹ ਹੈਗਾ ਆ ਖਸਤਾ ਪਰਾਂਠਾ। ਸੋ ਇਹ ਨਾਲ ਆਪਾਂ ਨੂੰ ਦਿੱਤਾ ਉਹਨਾਂ ਨੇ ਬਟਰ, ਅਤੇ ਇਹ ਨਾਲ ਦੇਖੋ ਪੂਰੀ ਭਰ ਕੇ ਲਿਆਉਂਦੀ ਆ ਕੋਲੀ ਦਹੀਂ ਦੀ ਨਾਲ ਪਰਾਂਠਾ। ਹੁਣ ਚਾਹ ਹੋ ਗਈ ਇਹਦੇ ਵਿੱਚ ਨਾ, ਇਹਨਾਂ ਨੇ ਉੱਪਰ ਵੀ ਮਿਲਾਦਾ ਸਾਰਾ ਤੇਲ ਲਾਇਆ ਵਿੱਚ, ਪੂਰਾ ਬਟਰ ਆ। ਆ ਕੀ ਤੇਲ ਹੈ? ਬਟਰ, ਬਟਰ 'ਚ ਬਣਾਇਆ ਹੋਇਆ, ਬਟਰ ਦੇ ਵਿੱਚ ਉੱਤੇ ਹੋਰ ਬਟਰ। ਆਹ ਦੇਖ ਲਓ ਕਿੱਦਾਂ ਦਾ ਹੈ ਸ਼ਕਲ, ਬਟਰ ਨਾਲ ਖਾਈਏ। ਬਹੁਤ ਜ਼ਿਆਦਾ ਵਧੀਆ, ਸਿੱਧਾ ਅੰਦਰ ਮੈਲਟ ਹੋ ਰਿਹਾ, ਅੰਦਰ ਸਿੱਧਾ ਅੰਦਰ ਨੂੰ ਜਾ ਰਿਹਾ ਸਿੱਧਾ। ਬਹੁਤ ਸਵਾਦ ਆ ਬਈ, ਜ਼ਰੂਰ ਟਰਾਈ ਕਰੋ ਇੱਥੇ ਆ ਕੇ, ਜ਼ਬਰਦਸਤ ਟੇਸਟ ਆ। ਆਹ ਹੈਗਾ ਆ ਹੁਣ ਪਨੀਰ ਵਾਲਾ, ਆਹ ਦੇਖੋ ਜਰਾ, ਆਹ ਪਨੀਰ, ਪਨੀਰ ਐਂਡ ਪਿਆਜ਼ ਪਾਏ ਹੋਏ ਆ ਵਿੱਚ ਇਹਦੇ, ਅਤੇ ਇਹ ਦਹੀਂ ਨਾਲ ਖਾ ਕੇ ਦੇਖਦਾ ਵਧੀਆ ਲੱਗ ਰਿਹਾ ਪੂਰਾ। ਗਰਮੀ ਬਹੁਤ ਆ, ਬਹੁਤ ਗਰਮੀ, ਹਵਾ ਨਹੀਂ ਆ ਰਹੀ ਇਹਦੀ। ਇਹ ਉਹ ਤੋਂ ਵੀ ਜ਼ਬਰਦਸਤ ਹੈ, ਮਜ਼ਾ ਆ ਗਿਆ ਬਈ। ਇਹ ਜਗ੍ਹਾ ਦੇ ਪਰੌਂਠੇ ਤੁਸੀਂ ਜ਼ਰੂਰ ਟਰਾਈ ਕਰੋ, ਬਹੁਤ ਸਪੈਸ਼ਲ ਪਰੌਂਠੇ ਆ ਇਹਨਾਂ ਦੇ। ਆਹ ਦੇਖੋ ਸਟਫਿੰਗ ਚੈੱਕ ਕਰੋ, ਪੂਰਾ ਐਂ ਇਹਨਾਂ ਨੇ ਖਿਲਾਰ ਕੇ ਪਾਇਆ ਹੋਇਆ ਸਾਰਾ ਸਮਾਨ ਅੰਦਰ। ਜੋ ਅਸੀਂ ਸਿਰਫ ਇੱਕ ਪਰਾਂਠਾ ਖਾਣ ਆਏ ਸੀਗੇ ਇੱਥੇ, ਅਸੀਂ ਦੋ ਔਡਰ ਕਰ ਲਏ, ਪਨੀਰ ਵਾਲਾ ਵੀ ਖਾ ਲਿਆ, ਖਸਤਾ ਪਰਾਂਠਾ ਵੀ ਖਾ ਲਿਆ, ਹੁਣ ਉਸ ਤੋਂ ਬਾਅਦ ਇੱਕ ਹੋਰ ਔਡਰ ਕੀਤਾ, ਇੰਨਾ ਜ਼ਿਆਦਾ ਸਵਾਦ ਲੱਗਿਆ। ਹੁਣ ਆਪਾਂ ਕਿਹੜਾ ਕੀਤਾ ਔਡਰ? ਮਿਕਸ ਪਰਾਂਠਾ। ਹੁਣ ਆਪਾਂ ਕੀਤਾ ਵਾ ਮਿਕਸ ਪਰਾਂਠਾ, ਇਹ ਦੇਖਦੇ ਹਾਂ ਇਹਦਾ ਟੇਸਟ ਕਿੱਦਾਂ ਦਾ ਹੈ। ਅਤੇ ਆਹ ਹੈਗੀ ਹੈ ਚਾਹ ਜਿਹੜੀ ਮੰਗਵਾਈ ਸੀਗੀ ਆਪਾਂ, ਰੈਗੂਲਰ ਟੀ, ਇਹ ਉਦੋਂ ਵੀ ਜ਼ਿਆਦਾ ਸਵਾਦ ਹੈ, ਮੈਂ ਹੁਣੇ ਟਰਾਈ ਕੀਤੀ ਹੈ। ਆਹ ਤਾਂ ਚਾਹ ਵੀ ਬਹੁਤ ਜ਼ਬਰਦਸਤ ਹੈ, ਇੰਨਾ ਵਧੀਆ ਟੇਸਟ ਚਾਹ ਦਾ, ਵਾਹ ਜੀ ਵਾਹ, ਜ਼ਬਰਦਸਤ। ਚਲੋ ਜੀ, ਅਗਲਾ ਪਰੌਂਠਾ ਆ ਗਿਆ ਆਪਣਾ, ਇਹ ਹੈਗਾ ਮਿਕਸ ਪਰਾਂਠਾ, ਦਿਖਾਓ ਜੀ ਕਿੱਦਾਂ ਦਾ ਇਹ। ਬਟਰ ਭਰ ਭਰ ਕੇ ਇਹਦੇ 'ਚ, ਆਲੂ ਵੀ ਹੈ, ਪਿਆਜ਼ ਵੀ ਹੈ, ਪੂਰਾ ਮਿਕਸ ਹੈ, ਗਾਰਲਿਕ ਵੀ ਹੈ। ਇਹ ਫਿਰ ਦੋ ਟੇਸਟ ਕਿਵੇਂ ਆ? ਫਸਟ ਰਿਐਕਸ਼ਨ ਬਹੁਤ ਵਧੀਆ, ਕਿਹੜਾ ਵਧੀਆ ਸਾਰਾ? ਨਾਲ ਤਿੰਨ ਦੋ ਖਾ ਲੈਣਾ ਆਪਾਂ, ਇਹ ਵਧੀਆ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਖਸਤਾ ਪਰੌਂਠਾ ਲੱਗਿਆ। ਤੋ ਜੇ ਖਸਤਾ ਵਾਲਾ ਸਭ ਤੋਂ ਪਹਿਲਾਂ ਵਾਲਾ, ਪਨੀਰ ਪਰਾਂਠਾ, ਫਿਰ ਆ ਪਨੀਰ ਤੋਂ ਬਾਅਦ ਆ ਇਹ, ਪਨੀਰ ਵਾਲੇ ਤੋਂ ਬਾਅਦ ਆ ਇਹ। ਆਪਾਂ ਹੁਣੇ ਖਾ ਕੇ ਆਏ ਆ ਪਰੌਂਠੇ, ਤੇ ਤੁਹਾਨੂੰ ਮੈਂ ਪ੍ਰਾਈਸ ਦਿਖਾਉਣਾ ਆ ਇਹਨਾਂ ਦਾ। ਸੋ ਤੁਸੀਂ ਦੇਖ ਸਕਦੇ ਹੋ ਆਪਾਂ ਖਾਧਾ ਸੀਗਾ ਇੱਕ ਮਿਕਸ ਪਰੌਂਠਾ, ਮਿਕਸ ਪਰੌਂਠੇ ਆਪਾਂ ਦੋ ਲਏ ਨੇ, ਸੋ ਆਪਣਾ 133 ਰੁਪਏ ਦੇ ਦੋ ਹੋ ਗਏ, ਅਤੇ ਦੋ ਪਨੀਰ ਪਿਆਜ਼ ਪਰਾਂਠਾ ਸੀਗੇ ਆਪਣੇ ਜਿਹੜੇ, ਉਹ ਤਿੰਨ ਲਏ ਆਪਾਂ, ਕੁਆਂਟਿਟੀ ਤਿੰਨ ਹੈ, ਨੰਬਰ ਟੂ ਹੈ, 228 ਰੁਪਏ ਦੇ। ਅਤੇ ਆਪਾਂ ਮੱਖਣ ਲਈਆਂ ਸੀਗੀਆਂ ਦੋ ਟਿੱਕੀਆਂ ਮੱਖਣ ਦੀਆਂ 38 ਰੁਪਏ ਦੀਆਂ, ਅਤੇ ਦਹੀਂ ਲਿਆ ਸੀ ਇੱਕ ਕੌਲੀ ਦਹੀਂ ਆਪਾਂ ਲਿਆ ਸੀਗਾ 23 ਰੁਪਈਏ 81 ਪੈਸੇ, ਅਤੇ ਨਾਲ ਆਪਾਂ ਗੁੜ ਚਾਹ ਲਈ ਸੀਗੀ, ਦੋ ਲਈਆਂ ਸੀਗੀਆਂ, ਸੋ 66 ਰੁਪਏ ਦੀਆਂ ਦੋ। ਸੋ ਟੋਟਲ ਆਪਣਾ ਬਿੱਲ ਜਿਹੜਾ ਬਣਿਆ ਆ ਆਫਟਰ ਟੈਕਸ ਟੁਕਸ ਲਾ ਕੇ 515 ਰੁਪਏ। ਸੋ ਆਪਣੇ ਟੋਟਲ ਆਪਾਂ ਦੋ ਪਨੀਰ ਵਾਲੇ ਜਿਹੜੇ ਹੈਗੇ ਸੀਗੇ ਉਹ ਪਰਾਂਠੇ ਪੈਕ ਕਰਾਏ ਨੇ ਘਰ ਵਾਸਤੇ, ਇੱਕ ਆਪਾਂ ਖਾਧਾ ਸੀਗਾ ਅਤੇ ਇੱਕ ਆਪਾਂ
ਮਿਕਸ ਪਰਾਂਠਾ ਲਿਆ ਸੀਗਾ ਅਤੇ ਇੱਕ ਆਪਾਂ ਲਿਆ ਸੀਗਾ ਖਸਤਾ ਪਰਾਂਠਾ। ਸੋ ਟੋਟਲ ਆਪਾਂ ਪੰਜ ਪਰਾਂਠੇ ਕਰਦੇ ਹਾਂ। ਪੰਜ ਪਰਾਂਠਿਆਂ ਦੇ ਨਾਲ ਆਪਾਂ ਦਹੀਂ ਅਤੇ ਨਾਲ ਮੱਖਣ ਅਤੇ ਨਾਲ ਚਾਹ, ਸੋ ਆਪਾਂ ਨੂੰ 500 ਰੁਪਏ ਦੇ ਵਿੱਚ ਸਾਰਾ ਕੁਛ ਇਹ ਮਿਲਿਆ ਆ। ਅਤੇ ਟੇਸਟ ਸੀਗਾ, ਮੈਂ ਤਾਂ 10 out of 10 ਹੀ ਕਹੂੰਗਾ, ਸਾਰੇ ਪਰਾਂਠੇ ਬਹੁਤ ਜ਼ਿਆਦਾ ਵਧੀਆ ਸੀਗੇ। ਤੁਸੀਂ ਇਹ ਜਗ੍ਹਾ ਦੇ ਪਰਾਂਠੇ ਜ਼ਰੂਰ ਟਰਾਈ ਕਰੋ, ਬਹੁਤ ਜ਼ਿਆਦਾ ਵਧੀਆ ਸੀਗੇ। ਅਤੇ ਚਲੋ ਫਿਰ ਆਪਾਂ ਹੁਣ, ਮੈਂ ਵੀਡੀਓ ਇਹ ਇੱਥੇ ਤੱਕ ਹੀ ਫਿਨਿਸ਼ ਕਰਦਾ ਹਾਂ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ, ਐਂਟਰਟੇਨਿੰਗ ਲੱਗੀ ਆ, ਮੇਰੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ। ਚਲੋ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਉਸ ਤੱਕ ਲਈ ਬਾਏ ਬਾਏ। ਬੋਲੀ ਚੱਲ, ਕੋਈ ਇੱਦਾਂ ਬੋਲਦੇ ਨਾਮ ਕੀ ਆ ਤੇਰਾ? ਆਹ ਮੁੰਡਾ ਮਿਲ ਗਿਆ ਸੀ ਆਪਾਂ ਨੂੰ ਇੱਥੇ ਪਰੌਂਠੇ ਦੇ ਬਾਹਰ, ਕਹਿੰਦਾ ਮੈਂ ਨੇੜੇ ਹੀ ਰਹਿੰਦਾ ਇੱਥੇ, ਦਿਖਾਓ ਇਹਦੀ ਵੀਡੀਓ। ਪ੍ਰਗੁੰਟਾ ਤੁਸ ਅਮੀਗਾਸ ਕੇ ਟ੍ਰਾਟਾਡੋ।